ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵਿੱਚ ਪੂਰਾ ਦਿਨ ਸੋਹਣੀ ਧੁੱਪ ਨਿਕਲੀ ਹੈ, ਜਿਹੜੀ ਸੇਕਣ ਨੂੰ ਚੰਗੀ ਲੱਗੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ 2 ਦਿਨ ਪੰਜਾਬ ਦੇ ਵਿੱਚ ਹਾਲੇ ਹੋਰ ਧੁੱਪ ਇਵੇਂ ਨਿਕਲਣੀ ਹੈ, ਪਰ ਲੋਹੜੀ ਦੇ ਮੌਕੇ ਪੰਜਾਬ ਦੇ ਵਿੱਚ ਬੱਦਲਵਾਈ ਰਹਿਣੀ ਹੈ, ਯਾਨੀ ਕਿ 13 ਤਰੀਕ ਨੂੰ। ਅਤੇ ਇਹ ਵੀ ਪਤਾ ਲੱਗਾ ਵੀ ਕਈ ਥਾਵਾਂ ਦੇ ਉੱਤੇ ਕਣੀਆਂ ਵੀ ਪੈ ਸਕਦੀਆਂ। ਸੋ ਜੇਕਰ ਕਣੀਆਂ ਪੈ ਜਾਂਦੀਆਂ, ਠੰਡ ਨੇ ਫਿਰ ਉਮੜ ਆਉਣਾ, ਜਿਹੜੀ ਕਿ ਹੁਣ ਵੀ ਹੈਗੀ ਹੈ, ਇਹਨੇ ਹੋਰ ਵੱਧ ਜਾਣਾ ਕਹਿਣ ਦਾ ਭਾਵ। ਅਤੇ ਪਹਾੜੀ ਖੇਤਰਾਂ ਦੇ ਵੱਲ ਹਾਲੇ ਵੀ ਅਲਰਟ ਜਾਰੀ ਕੀਤਾ ਹੋਇਆ, ਖਾਸ ਕਰਕੇ ਸ਼ਿਮਲੇ ਅਤੇ ਮਨਾਲੀ ਦੇ ਵਿੱਚ ਨਾ ਆਉਣ ਸੈਲਾਨੀ, ਨਾ ਆਉਣ ਉੱਥੇ ਘੁੰਮਣ ਫਿਰਨ ਦੇ ਸ਼ੌਕੀਨ। ਇਹ ਲਗਾਤਾਰ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਉੱਥੋਂ ਦੇ ਅਧਿਕਾਰੀਆਂ ਦੇ ਵੱਲੋਂ, ਕਿਉਂਕਿ ਉੱਥੇ ਬਰਫ਼ ਲਗਾਤਾਰ ਪੈ ਰਹੀ ਹੈ ਅਤੇ ਇੱਕ ਵਾਰ ਫਿਰ ਬਰਫ਼ ਪੈਣ ਦਾ ਅੰਦਾਜ਼ਾ ਪੇਸ਼ ਕੀਤਾ ਗਿਆ ਅਤੇ ਮੀਂਹ ਪੈਣ ਦੀ ਵੀ ਉੱਥੇ ਪੂਰੀ ਪੂਰੀ ਸੰਭਾਵਨਾ ਹੈ। ਸੋ ਉੱਥੇ ਸੜਕਾਂ ਦੇ ਉੱਤੇ ਤਿਲਕਣਬਾਜ਼ੀ ਹੈ, ਕਮਰੇ ਉੱਥੇ ਮਿਲ ਨਹੀਂ ਰਹੇ, ਉੱਥੇ ਪਾਣੀ ਦਾ ਕਈ ਥਾਵਾਂ ਦੇ ਉੱਤੇ ਸੰਪਰਕ ਟੁੱਟਿਆ ਹੋਇਆ, ਕਈ ਥਾਵਾਂ ਦੇ ਉੱਤੇ ਸੜਕਾਂ ਬੰਦ ਕੀਤੀਆਂ ਹੋਈਆਂ, ਕਈ ਥਾਵਾਂ ਦੇ ਉੱਤੇ ਢਿੱਗਾਂ ਡਿੱਗੀਆਂ ਹੋਈਆਂ, ਕਈ ਥਾਵਾਂ ਦੇ ਉੱਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੈ। ਇਸ ਕਰਕੇ ਜਿਹੜੇ ਘੁੰਮਣ ਫਿਰਨ ਦੇ ਸ਼ੌਕੀਨ ਆ, ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਹਾਲੇ 1-1.5 ਹਫ਼ਤਾ ਰੁਕ ਕੇ ਹੀ ਇਧਰਲੇ ਪਾਸੇ ਆਇਓ, ਬਾਕੀ ਵਕਤ ਦੱਸੂ ਕਿ ਉੱਥੋਂ ਕਿਹੋ ਜਿਹੀਆਂ ਖਬਰਾਂ ਆਉਂਦੀਆਂ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਸੰਬੰਧਿਤ ਹੈ। ਦਿੱਲੀ ਦੇ ਵਿੱਚ ਲਗਾਤਾਰ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਅੱਜ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਜੋ ਕੀਤਾ ਉਹ ਸਭ ਦੇ ਸਾਹਮਣੇ ਆ। ਭਾਜਪਾ ਦੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਰ ਰੋਜ਼ ਕੇਜਰੀਵਾਲ ਸਰਕਾਰ ਨੂੰ ਇੱਕ ਸਵਾਲ ਕਰਨਾ, ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ, ਕਿ ਤੁਸੀਂ ਕਿਹਾ ਕੀ ਸੀ ਅਤੇ ਕੀਤਾ ਕਿੰਨਾ ਕੁ ਹੈ। ਅਤੇ ਤੀਜੇ ਪਾਸੇ ਪਤਾ ਲੱਗਾ ਜੀ ਕਿ ਜੋ ਕਾਂਗਰਸ ਹੈ ਉਹਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਜੇਕਰ ਸਾਡੀ ਸਰਕਾਰ ਬਣ ਜਾਂਦੀ ਹੈ ਤਾਂ ਜਿਵੇਂ ਕਾਲਕਾ ਜੀ ਖੇਤਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਲੰਮ ਏਰੀਏ ਵਾਸਤੇ ਫਲੈਟ ਬਣਾਏ ਗਏ ਸੀ, ਅਤੇ ਉਸੇ ਤਰੀਕੇ ਦੇ ਨਾਲ ਅਸੀਂ ਹਰ ਥਾਂ ਦੇ ਉੱਤੇ ਦਿੱਲੀ ਦੇ ਵਿੱਚ ਫਲੈਟ ਬਣਾਵਾਂਗੇ ਗਰੀਬਾਂ ਦੇ ਲਈ, ਜਿੱਥੇ ਝੁੱਗੀ ਉੱਥੇ ਮਕਾਨ, ਅਸੀਂ ਇਸ ਯੋਜਨਾ ਨੂੰ ਸ਼ੁਰੂ ਕਰਾਂਗੇ। ਅਤੇ ਇਹ ਗੱਲ ਕਹੀ ਆ ਕਾਂਗਰਸ ਦੇ ਦਿੱਲੀ ਦੇ ਪ੍ਰਧਾਨ ਸੁਭਾਸ਼ ਚੋਪੜਾ ਹੋਰਾਂ ਨੇ। ਹੁਣ ਉਹਨਾਂ ਦੀ ਇਹ ਗੱਲ, ਇਹ ਵਾਅਦਾ ਕਿੰਨਾ ਕੁ ਰੰਗ ਲੈ ਕੇ ਆਉਂਦਾ ਇਹ ਵਕਤ ਦੱਸੂਗਾ, ਪਰ ਜੇਕਰ ਉੱਥੇ ਮੁੱਖ ਮੁਕਾਬਲਾ ਦੇਖੀਏ, ਹਾਲ ਦੀ ਕੜੀ ਭਲਕ ਦਾ ਪਤਾ ਨਹੀਂ, ਆਮ ਆਦਮੀ ਪਾਰਟੀ ਅਤੇ ਦੂਜੇ ਨੰਬਰ ਦੇ ਉੱਤੇ ਭਾਜਪਾ, ਇਹਨਾਂ ਦੋਹਾਂ ਦਰਮਿਆਨ ਹੈ। ਅਤੇ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗਾ ਜੀ ਕਿ ਚੋਣ ਮੈਨੀਫੈਸਟੋ 3 ਪਾਰਟੀਆਂ ਨੇ ਜਾਰੀ ਕਰਨਾ। ਇਹ ਵੀ ਪਤਾ ਲੱਗਾ ਜੀ ਕਿ 14 ਤਰੀਕ ਨੂੰ ਪਾਰਟੀਆਂ ਦੇ ਵੱਲੋਂ ਪਹਿਲੀ ਆਪਣੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਣੀ ਹੈ। ਇਹ ਵੀ ਪਤਾ ਲੱਗਾ ਜੀ ਕਿ ਕਈ ਨੇਤਾ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਣੀ, ਉਹਨਾਂ ਨੇ ਛੜੱਪੇ ਮਾਰ ਕੇ ਦੂਜੀ ਪਾਰਟੀ ਦੇ ਵਿੱਚ ਜਾਣਾ, ਉਹਨਾਂ ਨੇ ਕਈ ਤਰ੍ਹਾਂ ਦੇ ਦੋਸ਼ ਕਦੋਸ਼ ਵੀ ਲਾਉਣੇ ਆ, ਟਿਕਟਾਂ ਸਾਡੀ ਪਾਰਟੀ 'ਚ ਬਹੁਤ ਵਿਕੀਆਂ, ਸਾਡੀ ਕਦਰ ਨਹੀਂ ਪਈ, ਇੱਥੇ ਸੀਨੀਅਰਤਾ ਦਾ ਖਿਆਲ ਨਹੀਂ ਰੱਖਿਆ ਜਾਂਦਾ, ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਜੋ ਕੁਝ ਪੰਜਾਬ ਦੇ ਵਿੱਚ ਹੁੰਦਾ ਉਹ ਕੁਝ ਦਿੱਲੀ ਦੇ ਵਿੱਚ ਵੀ ਹੋਊਗਾ, ਇਸ ਗੱਲ ਦੀ ਪੂਰੀ ਆਸ ਹੈ। ਅਤੇ ਅੱਜ ਇੱਕ ਹੋਰ ਜਾਣਕਾਰੀ ਪ੍ਰਾਪਤ ਹੋਈ ਹੈ, ਕਿਉਂਕਿ ਲੰਘੇ ਕੱਲ੍ਹ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ ਦਿੱਲੀ ਦੇ 5 ਵਾਰ ਸਮੇਂ-ਸਮੇਂ ਦੇ ਉੱਤੇ ਵਿਧਾਇਕ ਰਹੇ, ਜੋ ਕਿ ਇਸ ਵਕਤ ਸਾਬਕਾ ਵਿਧਾਇਕ ਆ, 5 ਵਾਰ ਉਹ ਵਿਧਾਇਕ ਰਹੇ ਆ। ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ, ਉਹਨਾਂ ਨੇ ਆਪਣੇ ਟੱਬਰ ਦੇ ਬਾਕੀ ਜੀ ਵੀ ਆਮ ਆਦਮੀ ਪਾਰਟੀ ਦੇ ਝਾੜੂ ਨਾਲ ਜੋੜ ਦਿੱਤੇ ਆ। ਅਤੇ ਉਹਦੇ ਉੱਤੇ ਸੰਬਿਤ ਪਾਤਰ ਆ ਜਿਹੜੇ ਕਿ BJP ਦੇ ਬੁਲਾਰੇ ਆ, ਉਹਨਾਂ ਨੇ ਟਿੱਪਣੀ ਕੀਤੀ ਸੀ ਕਿ ਇਹ ਬੰਦਾ ਅਪਰਾਧਿਕ ਰਿਕਾਰਡ ਵਾਲਾ, ਇਹਨੂੰ ਕਿਹੜੀ ਗੱਲੋਂ ਪਾਰਟੀ ਦੇ ਵਿੱਚ ਝਾੜੂ ਦੇ ਨਾਲ ਜੋੜਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ। ਇਹਦੇ ਉੱਤੇ ਬੜੀ ਤਿੱਖੀ ਪ੍ਰਤੀਕਿਰਿਆ ਮਨੀਸ਼ ਸਿਸੋਦੀਆ ਹੋਰਾਂ ਨੇ ਦਿੱਤੀ ਹੈ, ਜਿਹੜੇ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। BJP ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 5 ਵਾਰ ਦੇ ਸਾਬਕਾ ਵਿਧਾਇਕ ਸ਼ੋਏਬ ਇਕਬਾਲ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਨੂੰ ਲੈ ਕੇ BJP ਦੀ ਆਲੋਚਨਾ ਦਾ ਉੱਤਰ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਅਪਰਾਧੀ ਹੈ ਤਾਂ ਉਸ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇ। ਇੱਕ ਸਵਾਲ ਦੇ ਉੱਤਰ ਦੇ ਵਿੱਚ ਸਿਸੋਦੀਆ ਨੇ ਕਿਹਾ ਕਿ ਪਿਛਲੇ 6 ਵਰ੍ਹਿਆਂ ਤੋਂ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਤਹਿਤ ਹੀ ਹੈ, ਅਤੇ ਜੇ ਇਕਬਾਲ ਨੇ ਕੋਈ ਜੁਰਮ ਕੀਤਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਜਾਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਸ਼ਖਸ ਦੇ ਉੱਤੇ ਹੱਤਿਆ ਦਾ ਦੋਸ਼ ਹੈ ਅਤੇ ਉਹ ਆਜ਼ਾਦ ਹੈ ਅਤੇ ਜੇਲ੍ਹ ਤੋਂ ਬਾਹਰ ਹੈ ਤਾਂ BJP ਨੂੰ ਸ਼ਰਮ ਆਉਣੀ ਚਾਹੀਦੀ ਹੈ। 6 ਸਾਲ ਤੋਂ ਦਿੱਲੀ ਪੁਲਿਸ ਲਗਾਤਾਰ ਕੇਂਦਰ ਦੇ ਅਧੀਨ ਹੀ ਆਉਂਦੀ ਹੈ ਅਤੇ ਇਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਅਤੇ ਜੋ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦੇਣਾ ਚਾਹੀਦਾ। ਜੇ ਤੁਸੀਂ ਦਿੱਲੀ ਪੁਲਿਸ ਨੂੰ ਨਹੀਂ ਚਲਾ ਸਕਦੇ ਤਾਂ ਇਸ ਨੂੰ ਸਾਡੇ ਹਵਾਲੇ ਕਰੋ, ਅਸੀਂ ਚਲਾ ਕੇ ਦਿਖਾਵਾਂਗੇ। ਸਿਸੋਦੀਆ ਨੇ ਕਿਹਾ ਕਿ ਜੇ ਤੁਹਾਡੀ ਪਾਰਟੀ ਦੇ ਵਿੱਚ ਜਾਂ ਸਾਡੀ ਪਾਰਟੀ ਦੇ ਵਿੱਚ ਕੋਈ ਹੱਤਿਆਰਾ ਹੋਵੇਗਾ ਤਾਂ ਅਸੀਂ ਉਸ ਨੂੰ ਜੇਲ੍ਹ ਦੇ ਵਿੱਚ ਸੁੱਟਾਂਗੇ। ਆਮ ਆਦਮੀ ਪਾਰਟੀ ਦੇ ਨੇਤਾ BJP ਦੇ ਬੁਲਾਰੇ ਸੰਬਿਤ ਪਾਤਰਾ ਦੇ ਦੋਸ਼ ਦਾ ਉੱਤਰ ਦੇ ਰਹੇ ਸਨ। ਪਾਤਰਾ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਸ਼ੋਏਬ ਇਕਬਾਲ ਦੇ ਉੱਤੇ ਕਈ ਮਾਮਲਿਆਂ ਦੇ ਵਿੱਚ ਦੋਸ਼ ਨੇ, ਉਹ ਦੋਸ਼ੀ ਠਹਿਰਾਏ ਜਾ ਚੁੱਕੇ ਨੇ, ਉਹਨਾਂ ਦੇ ਖਿਲਾਫ਼ ਕਈ ਗੰਭੀਰ ਦੋਸ਼ਾਂ ਦੇ ਮਾਮਲੇ ਨੇ, ਇਸ ਕਰਕੇ ਇਹਨੂੰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਸੀ ਕਰਨਾ ਚਾਹੀਦਾ।
ਇਸ ਖਬਰ ਦੇ ਉੱਤੇ ਟਿੱਪਣੀ ਕਰ ਲਿਆ। ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਕੀਤੇ ਜਾ ਰਹੇ ਆ, ਦੇਖੋ ਰਾਜਨੀਤੀ ਦੇ ਚੱਲਦਿਆਂ ਇਹ ਸਵਾਲ ਕਰਨੇ ਗੈਰ ਵਾਜਬ ਨਹੀਂ, ਪਰ ਹਰ ਸਵਾਲ ਦਾ ਕੋਈ ਤਰਕ ਜ਼ਰੂਰ ਹੋਣਾ ਚਾਹੀਦਾ। ਜੇਕਰ ਬੀਜੇਪੀ ਇਹ ਗੱਲ ਕਹਿੰਦੀ ਹੈ ਜੀ ਕਿ ਅਸੀਂ ਬਹੁਤ ਵਧੀਆ ਕੰਮ ਕੀਤੇ ਬਾਕੀ ਵੱਖ ਵੱਖ ਸੂਬਿਆਂ ਦੇ ਵਿੱਚ, ਉਹਨੂੰ ਸਭ ਕੁਝ ਲੋਕਾਂ ਨੇ ਮੂਹਰੇ ਰੱਖ ਦੇਣਾ ਚਾਹੀਦਾ, ਲੋਕ ਪ੍ਰਭਾਵਿਤ ਜੇਕਰ ਹੋਣਗੇ ਉਹਨੂੰ ਵੋਟਾਂ ਪਾਉਣਗੇ, ਗੱਲ ਖਤਮ, ਕਿਸੇ ਨੂੰ ਕੁਝ ਵੀ ਦੱਸਣ ਦੀ, ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ, ਵੋਟਰ ਨੇ ਵੋਟ ਪਾਉਣੀ ਹੈ। ਜੇਕਰ ਤੁਹਾਡੇ ਪ੍ਰੋਗਰਾਮ ਤੋਂ, ਜੇਕਰ ਤੁਹਾਡੇ ਵੱਲੋਂ ਕੀਤੇ ਗਏ ਕੰਮਾਂ ਤੋਂ ਲੋਕ ਪ੍ਰਭਾਵਿਤ ਨੇ, ਉਹਨਾਂ ਨੇ ਆਪੇ ਵੋਟ ਪਾ ਲੈਣੀ ਆ। ਪਰ ਜਦੋਂ ਸੰਬਿਤ ਪਾਤਰਾ ਸਾਹਿਬ ਇਹ ਗੱਲ ਕਹਿੰਦੇ ਆ ਕਿ ਸ਼ੋਏਬ ਇਕਬਾਲ ਨੂੰ ਕਿਹੜੀ ਗੱਲੋਂ ਪਾਰਟੀ 'ਚ ਸ਼ਾਮਿਲ ਕੀਤਾ, ਇਹਦਾ ਤਾਂ ਪਿਛੋਕੜ ਸਹੀ ਨਹੀਂ, ਇਹਦੇ ਉੱਤੇ ਤਾਂ ਕਈ ਤਰ੍ਹਾਂ ਦੇ ਦੋਸ਼ ਹੈ, ਤਾਂ ਇੱਕ ਬੇਨਤੀ ਇਹ ਵੀ ਕਰਨੀ ਚਾਹੀਦੀ ਹੈ ਕਿ ਪਿੱਛੇ ਜੇ ਰਿਪੋਰਟ ਆਈ ਸੀ ਕਿ 2019 ਦੇ ਵਿੱਚ ਜਿਹੜੇ ਕਿ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਕਿੰਨੇ ਨੇਤਾ ਇਹੋ ਜਿਹੇ ਆ ਬੀਜੇਪੀ ਦੇ ਜਿਹੜੇ ਕਿ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਗਏ ਆ। ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਨੇਤਾ ਇਹੋ ਜਿਹੇ ਆ ਜਿਨ੍ਹਾਂ ਦੇ ਉੱਤੇ ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਦਰਜ ਹੋਏ ਆ, ਕਈਆਂ ਦੇ ਉੱਤੇ ਤਾਂ ਬੜੇ ਗੰਭੀਰ ਅਪਰਾਧਾਂ ਵਾਲੇ ਪਰਚੇ ਦਰਜ ਹੈ। ਸੋ ਬੇਸ਼ੱਕ ਸਾਧਵੀ ਪ੍ਰਗਿਆ ਦੀ ਗੱਲ ਕਰੀਏ ਜਾਂ ਕਈ ਹੋਰ ਇਸ ਪਾਲ ਦੇ ਵਿੱਚ ਹੈ, ਉਹਨਾਂ ਦੇ ਉੱਤੇ ਪਰਚੇ ਦਰਜ ਵੀ ਹੁੰਦੇ ਆ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦਿਤ ਦੋਸ਼ ਵੀ ਲੱਗਦੇ ਆ, ਪਰ ਫਿਰ ਉਹ ਚੋਣ ਲੜਦੇ ਆ, ਜਿੱਤ ਜਾਂਦੇ ਆ ਅਤੇ ਉੱਪਰ ਤੱਕ ਪਹੁੰਚ ਜਾਂਦੇ ਆ। ਸੋ ਇਸ ਵਕਤ ਜੰਗ ਆ ਜਿਹੜੀ ਦਿੱਲੀ ਦੇ ਵਿੱਚ ਆਰ ਪਾਰ ਦੀ ਸ਼ੁਰੂ ਹੋ ਚੁੱਕੀ ਹੈ, ਇੱਕ ਦੂਜੇ ਦੇ ਉੱਤੇ ਜਿਹੜੇ ਉਹ ਦੋਸ਼ ਬਹੁਤ ਵੱਡੇ ਵੱਡੇ ਲੱਗ ਰਹੇ ਆ। ਅਤੇ ਇੱਕ ਹੋਰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਿੱਠ ਲਵਾਉਣ ਦੇ ਲਈ ਬੀਜੇਪੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਕੋਈ ਐਲਾਨਿਆ ਹੀ ਨਾ ਜਾਵੇ ਦਿੱਲੀ ਦੇ ਵਿੱਚ। ਪਹਿਲਾਂ ਇਸ ਗੱਲ ਦੀ ਆਸ ਸੀ ਕਿ ਮਨੋਜ ਤਿਵਾੜੀ ਹੋਰਾਂ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਪੇਸ਼ ਕੀਤਾ ਜਾਊਗਾ, ਉਹਨਾਂ ਦੀ ਅਗਵਾਈ 'ਚ ਚੋਣਾਂ ਲੜੀਆਂ ਜਾਣਗੀਆਂ, ਪਰ ਹੁਣ ਉੱਥੇ ਇਹ ਫੈਸਲਾ ਬਦਲ ਲਿਆ ਗਿਆ। ਉੱਥੇ ਕਿਉਂਕਿ ਦੋ ਤਿੰਨ ਹੋਰ ਚਿਹਰੇ ਵੀ ਦਾਅਵੇਦਾਰ ਸੀ ਕਿ ਸਾਨੂੰ ਬਣਾਓ ਦਾਅਵੇਦਾਰ ਮੁੱਖ ਮੰਤਰੀ ਦਾ, ਅਸੀਂ ਚੋਣ ਜਿੱਤ ਕੇ ਦਿਖਾਵਾਂਗੇ, ਇਸ ਕਰਕੇ ਬਿਲਕੁਲ ਉੱਥੇ ਫੈਸਲਾ ਬਦਲ ਦਿੱਤਾ ਗਿਆ। ਅਤੇ ਇਹ ਗੱਲ ਕਹੀ ਗਈ ਹੈ ਜੀ ਕਿ ਚੋਣਾਂ ਦੇ ਵਿੱਚ ਜੇਕਰ ਜਿੱਤ ਮਿਲ ਜਾਂਦੀ ਹੈ, ਉਸ ਤੋਂ ਬਾਅਦ ਆਪਾਂ ਤੈਅ ਕਰਾਂਗੇ ਕਿਹਨੂੰ ਮੁੱਖ ਮੰਤਰੀ ਬਣਾਉਣਾ। ਅਤੇ ਇਹ ਬਿਲਕੁਲ ਉਸੇ ਤਰਜ਼ ਦੇ ਉੱਤੇ ਹੈ ਜਿਵੇਂ 2017 ਦੇ ਵਿੱਚ ਪੰਜਾਬ ਦੇ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਪਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਕੋਈ ਚਿਹਰਾ ਹੀ ਨਹੀਂ ਸੀ ਐਲਾਨਿਆ। ਇਹਦੇ ਕਰਕੇ ਕਈ ਵਾਰ ਫਾਇਦਾ ਵੀ ਹੋ ਜਾਂਦਾ, ਬਹੁਤੀ ਵਾਰ ਇਹਦੇ ਕਰਕੇ ਨੁਕਸਾਨ ਵੀ ਹੁੰਦਾ, ਕਿਉਂਕਿ ਸੱਚੇ ਦਿਲੋਂ ਹੰਭਲਾ ਮਾਰਨ ਵਾਲੇ ਘੱਟ ਜਾਂਦੇ ਆ। ਸੋ ਇੱਕ ਹੋਰ ਫੈਸਲਾ ਕੀਤਾ ਗਿਆ ਬੀਜੇਪੀ ਦੇ ਵੱਲੋਂ ਕਿ ਅਸੀਂ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਆ ਜਿਹੜੇ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ, ਉਹਨਾਂ ਨੂੰ ਦਿੱਲੀ ਦੇ ਵਿੱਚ ਲਿਆ ਕੇ ਅਤੇ ਪ੍ਰਚਾਰ ਕਰਾਉਣਾ। ਉਹਦੇ ਵਿੱਚ ਕੇਂਦਰੀ ਮੰਤਰੀ ਵੀ ਕਈ ਹੈ ਜਿਹਦੇ ਵਿੱਚ ਪੀਯੂਸ਼ ਗੋਇਲ ਆ, ਉਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਸੱਦਣਾ ਪ੍ਰਚਾਰ ਦੇ ਲਈ, ਉਹਦੇ ਵਿੱਚ ਅਸਾਮ ਦੇ ਮੁੱਖ ਮੰਤਰੀ ਨੂੰ ਵੀ ਸੱਦਣਾ। ਇਹਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਹੈਗਾ ਕਿ ਅਸੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਵੀ ਬੁਲਾਉਣਾ, ਯੋਗੀ ਆਦਿੱਤਿਆਨਾਥ ਹੋਰਾਂ ਨੂੰ। ਇਹ ਵੀ ਪਤਾ ਲੱਗਾ ਕਿ ਕਈ ਫਿਲਮ ਸਟਾਰ ਨੇ ਜਿਹੜੇ ਉਹਨਾਂ ਤੋਂ ਵੀ ਨਿੱਠ ਕੇ ਪ੍ਰਚਾਰ ਕਰਵਾਉਣਾ, ਜਿਹਦੇ ਵਿੱਚ ਭੋਜਪੁਰੀ ਫਿਲਮਾਂ ਵਾਲੇ ਨਿਰਹੂਆ ਵੀ ਹੈ, ਜਿਹਦੇ ਵਿੱਚ ਮਨੋਜ ਤਿਵਾੜੀ ਤਾਂ ਚਲੋ ਹੈ ਹੀ ਆਪਣੇ, ਪੰਜਾਬ ਦੇ ਵਿੱਚ ਹੰਸਰਾਜ ਨੇ ਜਿਹੜੇ, ਉਹਨਾਂ ਦਾ ਵੀ ਪ੍ਰਚਾਰ ਉੱਥੇ ਹੋਊਗਾ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਵੋਟਾਂ ਪਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਣਾ। ਅਤੇ ਇਸ ਗੱਲ ਦੀ ਪੇਸ਼ਕਾਰੀ ਕੀਤੀ ਜਾਣੀ ਹੈ ਕਿ ਮੋਦੀ ਸਾਹਿਬ ਨੇ ਵੱਖ ਵੱਖ ਥਾਵਾਂ ਦੇ ਉੱਤੇ ਭਾਰਤ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਆ, ਉਹਨਾਂ ਵਿਕਾਸ ਕੰਮਾਂ ਦੇ ਨਾਂ ਦੇ ਉੱਤੇ ਸਾਨੂੰ ਵੋਟਾਂ ਪਾਈਆਂ ਜਾਣ। ਸੋ ਇਹ ਤਰੀਕਾ, ਇਹ ਤਰਕੀਬਾਂ ਪਿੱਠ ਲਵਾਉਂਦੀਆਂ ਕਿ ਨਹੀਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਹੋਰਾਂ ਦੀਆਂ, ਇਹ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ। ਪਰ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਕਾਂਗਰਸ ਹਾਲ ਦੀ ਘੜੀ ਕਾਫੀ ਪਛੜੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਦੇ ਪਿੜ ਪੱਲੇ ਹਾਲ ਦੀ ਘੜੀ ਉੱਥੇ ਬਹੁਤਾ ਕੁਝ ਦਿਸ ਨਹੀਂ ਰਿਹਾ, ਹਾਲਾਂਕਿ ਇਹ ਵੀ ਕਨਸੂਆਂ ਪ੍ਰਾਪਤ ਹੋਈਆਂ ਕਿ ਕਾਂਗਰਸ ਦੇ ਕਈ ਸੀਨੀਅਰ ਨੇਤਾ ਆਪਣੇ ਨਿਆਣਿਆਂ ਨੂੰ ਟਿਕਟਾਂ ਦਿਵਾਉਣ ਦੇ ਲਈ ਬੜੀਆਂ ਕੋਸ਼ਿਸ਼ਾਂ ਕਰ ਰਹੇ ਦਿੱਲੀ ਦੇ ਵਿੱਚ, ਪਰ ਉੱਥੇ ਇਹ ਕੋਸ਼ਿਸ਼ਾਂ ਜਿਹੜੀਆਂ ਇਹਨਾਂ ਦੇ ਕਰਕੇ ਕਾਂਗਰਸ ਦੀ ਪਿੱਠ ਸਮੇਂ ਦੇ ਉੱਤੇ ਲੱਗਦੀ ਆਈ ਹੈ। ਅਤੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਬੜੇ ਜਲਾਓ ਦੇ ਵਿੱਚ ਹੈ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵਾਰ ਵਾਰ ਕਿ ਜੇਕਰ ਸਾਡਾ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ ਅਤੇ ਜੇਕਰ ਅਸੀਂ ਲੋਕਾਂ ਦੇ ਲਈ ਕੰਮ ਨਹੀਂ ਕੀਤਾ ਤਾਂ ਸਾਨੂੰ ਇੱਕ ਵੀ ਵੋਟ ਨਾ ਪਾਈ ਜਾਵੇ, ਫਿਰ ਅਸੀਂ ਵੋਟ ਦੇ ਹੱਕਦਾਰ ਨਹੀਂ, ਪਰ ਜੇਕਰ ਅਸੀਂ ਕੰਮ ਕੀਤਾ ਤਾਂ ਸਾਨੂੰ ਹੀ ਵੋਟਾਂ ਪਾਈਆਂ ਜਾਣ। ਇਹੋ ਜਿਹੀ ਉਹਨਾਂ ਦੇ ਵੱਲੋਂ ਗੱਲ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ। ਪ੍ਰਚਾਰ ਦੀ ਗੱਲ ਕਰੀਏ, ਲੋਕਾਂ ਦੇ ਵਿਚਾਰ ਦੀ ਗੱਲ ਕਰੀਏ, ਤਾਂ ਇਸ ਵਕਤ ਆਮ ਆਦਮੀ ਪਾਰਟੀ ਨੂੰ ਮਿਲਦੇ ਹੁੰਗਾਰੇ ਦਾ ਜ਼ਿਕਰ ਚੌਂ ਪਾਸੇ ਛਿੜਿਆ ਹੋਇਆ, ਬਾਕੀ ਭਵਿੱਖ ਦੇ ਵਿੱਚ ਕੀ ਹੋਊਗਾ ਕੁਝ ਕਹਿ ਨਹੀਂ ਸਕਦੇ, ਪਰ ਦਿੱਲੀ ਨੂੰ ਫਤਿਹ ਕਰਨ ਦੇ ਲਈ ਸਾਰੀਆਂ ਹੀ ਸਿਆਸੀ ਧਿਰਾਂ ਇਕਜੁੱਟ ਹੋ ਰਹੀਆਂ। ਆਉਂਦੇ ਦਿਨਾਂ ਦੇ ਵਿੱਚ ਕੋਈ ਧਾਰਮਿਕ ਪੱਤਾ ਖੇਡਿਆ ਜਾਂਦਾ ਜਾਂ ਇੱਕ ਪਾਰਟੀ ਦੂਜੀ ਪਾਰਟੀ ਦੀ ਪਿੱਠ ਲਵਾਉਣ ਦੇ ਲਈ ਉਹਨੂੰ ਹਾਸ਼ੀਏ ਦੇ ਉੱਤੇ ਧੱਕਣ ਦੇ ਲਈ ਕਿਹੜਾ ਕੋਈ ਹਰਬਾ ਵਰਤਦੀ ਹੈ, ਕਿਹੜੀ ਕੋਈ ਤਰਕੀਬ ਘੜਦੀ ਹੈ, ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ। ਪਰ ਨਿਗਾਹ ਪੰਜਾਬ ਵਾਸੀਆਂ ਦੀ ਵੀ, ਨਿਗਾਹ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੀ ਵੀ, ਨਿਗਾਹ ਬਾਕੀ ਸੂਬਿਆਂ ਦੇ ਵਿੱਚ ਵਸਦੇ ਲੋਕਾਂ ਦੀ ਵੀ ਇਸ ਵਕਤ ਦਿੱਲੀ ਦੇ ਉੱਤੇ ਟਿੱਕੀ ਹੋਈ ਹੈ ਕਿ ਦਿਲ ਵਾਲਿਆਂ ਦੀ ਇਹ ਨਗਰੀ ਐਤਕੀ ਕਿਹੜਾ ਰੰਗ ਦਿਖਾਉਂਦੀ ਹੈ, ਕੀ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣਨ ਦੇ ਵਿੱਚ ਸਫਲ ਹੁੰਦੇ ਜਾਂ ਨਹੀਂ। ਇੱਥੇ ਵੱਡੇ ਸਮੇਂ ਤੋਂ, ਲੰਮੇ ਸਮੇਂ ਤੋਂ ਭਾਜਪਾ
ਉਹ ਵੇਲੇ ਸਿਰ ਪੂਰੇ ਨਹੀਂ ਕੀਤੇ ਅਤੇ ਬਹੁਤ ਵੱਡੀ ਗਿਣਤੀ 'ਚ ਯੋਜਨਾਵਾਂ ਇਹੋ ਜਿਹੀਆਂ ਜਿਹੜੀਆਂ ਮੈਨੀਫੈਸਟੋ ਦੇ ਵਿੱਚ ਸੀ 5 ਵਰੇ ਪਹਿਲਾਂ, ਪਰ ਇਹਨਾਂ ਨੇ ਕਾਹਲੀ ਕਾਹਲੀ ਦੇ ਵਿੱਚ ਕੋਈ ਯੋਜਨਾ 2 ਮਹੀਨੇ ਪਹਿਲਾਂ, ਕੋਈ 3 ਮਹੀਨੇ ਪਹਿਲਾਂ, ਕੋਈ 20 ਦਿਨ ਪਹਿਲਾਂ ਲਾਗੂ ਕੀਤੀ ਹੈ ਅਤੇ ਉਹ ਵੀ ਕਹੇ ਮੁਤਾਬਕ ਨਹੀਂ ਲਾਗੂ ਕੀਤੀਆਂ। ਕੈਮਰੇ ਕਹੇ ਕਿੰਨੇ ਸੀ, ਲਾਏ ਕਿੰਨੇ ਆ, ਲੋਕਾਂ ਨੂੰ ਸਹੂਲਤਾਂ ਦੇਣੀਆਂ ਵੱਡੇ ਪੱਧਰ ਦੇ ਉੱਤੇ ਸੀ ਪਰ ਥੋੜ੍ਹੇ ਪੱਧਰ ਦੇ ਉੱਤੇ ਦਿੱਤੀਆਂ। ਸੋ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਗਿਣਾਈਆਂ ਜਾ ਰਹੀਆਂ ਤਾਂ ਜੋ ਆਮ ਆਦਮੀ ਪਾਰਟੀ ਦਾ ਬਦਲ ਬਣਿਆ ਜਾ ਸਕੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੇ ਜਿਹੇ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਅੱਜ ਸਿਮਰਜੀਤ ਸਿੰਘ ਬੈਂਸੋਲਾ ਨੇ ਇੱਕ ਵੱਡੀ ਗੱਲ ਕਹੀ ਆ। ਵੈਸੇ ਉਹ ਸਮੇਂ ਦੇ ਉੱਤੇ ਗਾਹੇ ਬਗਾਹੇ ਕਈ ਵੱਡੀਆਂ ਗੱਲਾਂ ਕਹਿੰਦੇ ਵੀ ਆ। ਉਹਨਾਂ ਦੇ ਹਿੱਸੇ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਉਹ ਲਾਈਵ ਹੋ ਕੇ ਕਈ ਤਰ੍ਹਾਂ ਦੇ ਸਟਿੰਗ ਆਪਰੇਸ਼ਨ ਕਰਦੇ ਆ, ਆਪਣੇ ਖੇਤਰ ਦੇ ਵਿੱਚ ਕੰਮ ਵੀ ਚੋਖਾ ਕਰਦੇ ਆ ਅਤੇ ਉਹ ਆਪਣੇ ਖੇਤਰ ਦੇ ਵਿੱਚ ਵਿਚਰਦੇ ਬਾਕਮਾਲ ਤਰੀਕੇ ਦੇ ਨਾਲ, ਜਿਹਦੇ ਕਰਕੇ ਉਹਨਾਂ ਨੂੰ ਆਧਾਰ ਤੌਰ ਦੇ ਉੱਤੇ ਵੀ ਵੋਟਾਂ ਪੈਂਦੀਆਂ ਰਹੀਆਂ ਅਤੇ ਲਗਾਤਾਰ ਦੂਜੀ ਵਾਰ ਉਹਨਾਂ ਦਾ ਜਿੱਤਣਾ ਅਤੇ ਦੋਵੇਂ ਭਰਾਵਾਂ ਦਾ ਜਿੱਤਣਾ ਅਤੇ ਤੀਜੀ ਵਾਰ ਦੀ ਤਿਆਰੀ ਹੁਣੇ ਤੋਂ ਕਰਨੀ, ਇਹ ਇੱਕ ਅਡਰੀ ਗੱਲ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ। ਪਰ ਸਿਮਰਜੀਤ ਸਿੰਘ ਬੈਂਸੋਲਾ ਨੇ ਅੱਜ ਇਹ ਗੱਲ ਕਹੀ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਮੇਰੀ ਮੀਟਿੰਗ ਹੋ ਗਈ ਹੈ। ਇਸ ਮੀਟਿੰਗ ਦੇ ਰਾਹੀਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ। ਉਹ ਕਹਿੰਦੇ ਜੀ ਆਪਾਂ ਹੁਣ ਤੱਕ ਸੁਣਦੇ ਹਾਂ ਜੀ ਕਿ ਪਤਾ ਨਹੀਂ ਕਿਹੜੀ ਖਿਚੜੀ ਪੱਕ ਰਹੀ ਹੈ, ਪਤਾ ਨਹੀਂ ਦੋਵੇਂ ਪਾਰਟੀਆਂ ਜਾਂ ਦੋਵੇਂ ਨੇਤਾ ਦੇ ਵੱਲੋਂ ਕਿਹੜੀ ਗੱਲ ਕੀਤੀ ਜਾ ਰਹੀ ਹੋਊ, ਪਰ ਇੱਥੇ ਖਿਚੜੀ ਨਹੀਂ, ਇੱਥੇ ਤਾਂ ਭਾਈ ਪੂਰੀ ਸੂਰੀ ਖੀਰ ਹੀ ਬਣ ਚੁੱਕੀ ਹੈ। ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋਊਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ, ਅਸੀਂ ਹੰਭਲਾ ਮਾਰਾਂਗੇ, ਪੰਜਾਬ ਦੇ ਲਈ ਇੱਕ ਵੱਡਾ ਫਰੰਟ ਤਿਆਰ ਕਰ ਸਕਦੇ ਹਾਂ, ਪੰਜਾਬ ਦੇ ਵਿੱਚ ਬਹੁਤ ਵੱਡੀ ਕੋਈ ਤਬਦੀਲੀ ਲੈ ਕੇ ਆ ਸਕਦੇ ਹਾਂ। ਸੋ ਉਹਨਾਂ ਦੇ ਵੱਲੋਂ ਯਾਨੀ ਕਿ ਬੈਂਸੋਲਾ ਦੇ ਵੱਲੋਂ ਜੋ ਕੁਝ ਕਿਹਾ ਗਿਆ ਇਹ ਅਮਲੀ ਰੂਪ ਦੇ ਵਿੱਚ ਕਦੋਂ ਦੇਖਣ ਨੂੰ ਮਿਲੂਗਾ, ਸਾਨੂੰ ਜ਼ਮੀਨੀ ਪੱਧਰ ਦੇ ਉੱਤੇ ਕਦੋਂ ਨਜ਼ਰ ਆਊਗਾ ਕੁਝ ਕਹਿ ਨਹੀਂ ਸਕਦੇ, ਕਿਉਂਕਿ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੋਹਾਂ ਭਰਾਵਾਂ ਦੇ ਬਾਰੇ ਯਾਨੀ ਕਿ ਲੋਕ ਇਨਸਾਫ ਪਾਰਟੀ ਦੇ ਇਹਨਾਂ ਆਗੂਆਂ ਦੇ ਬਾਰੇ ਸ਼ਰੀਕਾਂ ਦਾ ਇਹ ਕਹਿਣਾ, ਖਾਸ ਕਰਕੇ ਅਕਾਲੀ ਦਲ ਦੇ ਆਗੂਆਂ ਦਾ ਅਤੇ ਕਾਂਗਰਸ ਦੇ ਆਗੂਆਂ ਦਾ, ਕਿ ਇਹ ਮੁਹੱਲਾ ਰਾਜਨੀਤੀ ਵਾਲੇ ਲੋਕ ਹੈ, ਇਹ ਆਪੋ ਆਪਣੇ ਮੁਹੱਲਿਆਂ ਦੇ ਵਿੱਚ ਤਾਂ ਠੀਕ ਹੈ ਪਰ ਇਹ ਪੰਜਾਬ ਪੱਧਰੀ ਰਾਜਨੀਤੀ ਕਰਨ ਤੋਂ ਅਸਮਰੱਥ ਹੈ। ਸੋ ਇਸ ਧਾਰਨਾ ਨੂੰ ਜਿਹੜੀ ਕਿ ਪ੍ਰਚਾਰੀ ਗਈ ਹੈ ਸਮੇਂ ਦੇ ਉੱਤੇ, ਬੈਂਸ ਭਰਾ ਇਹਨੂੰ ਤੋੜਨ ਦੇ ਵਿੱਚ ਆਉਂਦੇ ਸਮੇਂ 'ਚ ਕਿੰਨੇ ਕੁ ਕਾਮਯਾਬ ਹੁੰਦੇ ਆ, ਇਹ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਜੋ ਸਾਡੇ ਤੱਕ ਅਪੜੀ ਹੈ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਿਮਰਜੀਤ ਸਿੰਘ ਬੈਂਸ ਵਿਧਾਨ ਸਭਾ ਕਮੇਟੀ ਦੀ ਆਪਣੀ ਮੀਟਿੰਗ ਤੋਂ ਬਾਅਦ ਢੀਂਡਸਾ ਨਾਲ ਭਵਿੱਖ ਦੀ ਸਿਆਸਤ ਕਰਨ ਦੇ ਲਈ ਅੱਜ ਪਹੁੰਚੇ ਅਤੇ ਅਕਾਲੀ ਦਲ ਨੂੰ ਝਟਕਾ ਦੇਣ ਤੋਂ ਬਾਅਦ ਹੁਣ ਪਰਮਿੰਦਰ ਸਿੰਘ ਢੀਂਡਸਾ ਛੇਤੀ ਹੀ ਕੋਈ ਵੱਡਾ ਧਮਾਕਾ ਕਰਨ ਦੀ ਤਿਆਰੀ ਵਿੱਚ ਨੇ। ਇਸ ਬਾਬਤ ਤਿਆਰੀ ਤਕਰੀਬਨ ਸ਼ੁਰੂ ਹੋ ਚੁੱਕੀ ਹੈ। ਕਿਆ ਸਰਾਈਆਂ ਤੇਜ਼ ਨੇ ਕਿ ਇੱਕ ਹੋਰ ਵੱਡਾ ਫਰੰਟ ਖੜ੍ਹਾ ਕਰਨ ਦੀ ਤਿਆਰੀ ਹੋ ਚੁੱਕੀ ਹੈ ਜੋ ਕਿ ਅਕਾਲੀ ਦਲ ਨੂੰ ਟੱਕਰ ਦੇਵੇਗਾ। ਇਸ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਅਤੇ ਸਿਮਰਜੀਤ ਬੈਂਸ ਦੇ ਦਰਮਿਆਨ ਮੀਟਿੰਗ ਹੋਈ। ਬੈਂਸ ਵਿਧਾਨ ਸਭਾ ਕਮੇਟੀ ਦੀ ਆਪਣੀ ਮੀਟਿੰਗ ਤੋਂ ਬਾਅਦ ਢੀਂਡਸਾ ਨਾਲ ਭਵਿੱਖ ਦੀ ਸਿਆਸਤ ਦੀ ਚਰਚਾ ਕਰਨ ਵਾਸਤੇ ਪਹੁੰਚੇ। ਇਸ ਤੋਂ ਪਹਿਲਾਂ ਨਵੀਂ ਪੱਕ ਰਹੀ ਸਿਆਸੀ ਖਿਚੜੀ ਬਾਰੇ ਬੈਂਸ ਨੇ ਕਿਹਾ ਕਿ ਖਿਚੜੀ ਨਹੀਂ, ਇਹ ਤਾਂ ਖੀਰ ਬਣ ਰਹੀ ਹੈ। ਗੱਲਬਾਤ ਤਾਂ ਲਗਾਤਾਰ ਜਾਰੀ ਹੀ ਸੀ ਪਰ ਹੁਣ ਛੇਤੀ ਹੀ ਕੋਈ ਮੁਕਾਮ ਹਾਸਲ ਹੋਣ ਵਾਲਾ ਜਿਸ ਬਾਰੇ ਦੱਸਿਆ ਜਾਵੇਗਾ। ਸਾਰੇ ਹਮਖਿਆਲੀ ਇੱਕ ਥਾਂ ਨਹੀਂ ਬਲਕਿ ਕਈ ਹੋਰ ਅਕਾਲੀ ਵੀ ਨਾਲ ਆਉਣ ਵਾਲੇ ਹਨ। ਇਸ ਖਬਰ 'ਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਪਿਛਲੇ ਦਿਨੀ ਪੱਤਰਕਾਰਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ ਪੁੱਛਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਬਾਬਤ ਤੁਸੀਂ ਸਮੇਂ ਦੇ ਉੱਤੇ ਕਈ ਟਿੱਪਣੀਆਂ ਕੀਤੀਆਂ, ਤੁਸੀਂ ਕਦੇ ਇਹ ਗੱਲ ਕਹੀ ਜੀ ਕਿ ਆਪਣੀ ਜ਼ਮੀਰ ਨੂੰ ਜਿਉਂਦੀ ਰੱਖੇ ਸਿੱਧੂ ਅਤੇ ਕਾਂਗਰਸ ਨੂੰ ਛੱਡ ਦੇਵੇ, ਕਦੇ ਤੁਸੀਂ ਇਹ ਗੱਲ ਕਹਿੰਦੇ ਜੇਕਰ ਉਹ ਸਾਡੇ ਵੱਲ ਆ ਜਾਵੇ ਅਸੀਂ ਉਹਨੂੰ ਮੁੱਖ ਮੰਤਰੀ ਵੀ ਬਣਾ ਦਿਆਂਗੇ, ਉਹਨੂੰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪੇਸ਼ ਕਰਾਂਗੇ, ਤੁਸੀਂ ਕੀ ਕਹੋਗੇ? ਤਾਂ ਸਿਮਰਜੀਤ ਬੈਂਸ ਨੇ ਕਿਹਾ ਸੀ ਜੀ ਕਿ ਆਉਂਦੇ ਕੁਝ ਕੁ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਸਿੱਧੂ ਹੋਰੀ ਕਾਂਗਰਸ ਨੂੰ ਛੱਡ ਦੇਣਗੇ। ਉਸ ਵਕਤ ਉਹਨਾਂ ਨੇ ਬਹੁਤ ਵੱਡੀ ਭਵਿੱਖਬਾਣੀ ਕੀਤੀ ਸੀ। ਇਹ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਜਾਂ ਨਹੀਂ ਹੁੰਦੀ ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ, ਇਹ ਉਹਨਾਂ ਦੀ ਆਪਣੀ ਬਿਆਨੀ ਸੀ। ਪਰ ਅੱਜ ਜਿਸ ਤਰੀਕੇ ਦੇ ਨਾਲ ਸਿਮਰਜੀਤ ਬੈਂਸ ਹੋਰਾਂ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਦੇ ਨਾਲ ਮੀਟਿੰਗ ਬਹੁਤ ਹੀ ਕਮਾਲ ਦੇ ਤਰੀਕੇ ਨਾਲ ਹੋਈ ਹੈ, ਬਹੁਤ ਹੀ ਭਵਿੱਖੀ ਚਰਚਾਵਾਂ ਹੋਈਆਂ, ਅਸੀਂ ਕੁਝ ਵੱਖਰਾ ਕਰਾਂਗੇ, ਮਿਲ ਕੇ ਕਰ ਸਕਦੇ ਹਾਂ, ਬਹੁਤ ਜਲਦ ਅਸੀਂ ਇਹਦਾ ਐਲਾਨ ਵੀ ਕਰ ਦੇਂਗੇ ਰਸਮੀ ਤੌਰ ਦੇ ਉੱਤੇ। ਅਤੇ ਉਹਨਾਂ ਨੇ ਕਿਹਾ ਜੀ ਕਿ ਕਈ ਹੋਰ ਨਿਰਾਸ਼ ਹਾਸ਼ੀਏ ਦੇ ਉੱਤੇ ਧੱਕੇ ਹੋਏ ਮਾਯੂਸ ਘਰਾਂ ਦੇ ਵਿੱਚ ਬੈਠੇ ਪਰ ਜਿਨ੍ਹਾਂ ਦੀਆਂ ਅਕਾਲੀ ਦਲ ਬਾਦਲ ਵਾਸਤੇ ਬਹੁਤ ਕੁਰਬਾਨੀਆਂ, ਉਹਨਾਂ ਦੀ ਇਸ ਗੱਲ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਟਕਸਾਲੀਆਂ ਦੇ ਨਾਲ ਮਿਲ ਕੇ ਬੈਂਸ ਭਰਾ ਚੱਲਣਗੇ। ਲੋਕ ਇਨਸਾਫ ਪਾਰਟੀ ਅਤੇ ਟਕਸਾਲੀ ਦਲ ਆ ਜਿਹੜਾ ਉਹ ਭਵਿੱਖ ਦੇ ਵਿੱਚ ਇਕੱਠੇ ਹੋ ਸਕਦੇ ਆ, ਅਤੇ ਜੇਕਰ ਇਕੱਠੇ ਹੋ ਜਾਂਦੇ ਆ ਤਾਂ ਫਿਰ ਅਕਾਲੀ ਦਲ ਬਾਦਲ ਵਾਸਤੇ ਕਿਹੋ ਜਿਹਾ ਵਕਤ ਪੈਦਾ ਹੋਊਗਾ ਇਹ ਵਕਤ ਦੱਸੂਗਾ। ਪਰ ਇਹ ਵੀ ਗੱਲ ਕਿਹੜੀ ਬਣਦੀ ਹੈ ਕਿ ਅਕਾਲੀ ਦਲ ਬਾਦਲ ਦੇ ਕੱਟੜ ਵਿਰੋਧੀਆਂ ਦੇ ਵਿੱਚੋਂ ਇੱਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੀ ਹੈ, ਕਿਉਂਕਿ ਉਹ ਅਕਾਲੀ ਦਲ ਦੇ ਵਿੱਚ ਗਏ, ਫਿਰ ਆਏ ਕਈ ਕਾਰਨਾਂ ਦੇ ਕਰਕੇ, ਫਿਰ ਆਜ਼ਾਦ ਚੋਣ ਲੜੀ, ਕਈ ਤਰ੍ਹਾਂ ਦੇ ਮੋੜ ਉਹਨਾਂ ਦੇ ਰਾਜਨੀਤਿਕ ਸਫ਼ਰ ਨੇ ਕੱਟੇ ਆ।
ਪਰ ਜੇਕਰ ਢੀਂਡਸਾ ਪਰਿਵਾਰ, ਟਕਸਾਲੀ ਦਲ ਦੇ ਬਾਕੀ ਮੈਂਬਰ, ਬੈਂਸ ਭਰਾ, ਉਧਰੋਂ ਬਸਪਾ ਜਾਂ ਕੁਝ ਕੁ ਹੋਰ ਜਿਹੜੀਆਂ ਹਮਖਿਆਲ ਪਾਰਟੀਆਂ, ਹਮਖਿਆਲ ਨੇਤਾ, ਉਹ ਇਕੱਠੇ ਹੋ ਜਾਂਦੇ ਆ ਤਾਂ ਰਵਾਇਤੀ ਪਾਰਟੀਆਂ ਦੇ ਲਈ ਇੱਕ ਵਾਰ ਵੱਡੀ ਚੁਣੌਤੀ ਜ਼ਰੂਰ ਖੜੀ ਹੋ ਸਕਦੀ ਹੈ। ਹਾਲਾਂਕਿ ਇਹ ਵੀ ਗੱਲ ਵਾਰ ਵਾਰ ਸਾਹਮਣੇ ਆਈ ਹੈ ਜਦੋਂ ਪਰਮਿੰਦਰ ਸਿੰਘ ਢੀਂਡਸਾ ਸਿੱਧੂ ਦੀਆਂ ਸਿਫਤਾਂ ਕਰਦੇ ਆ, ਜਦੋਂ ਟਕਸਾਲੀ ਇਹ ਗੱਲ ਕਹਿੰਦੇ ਕਿ ਸਿੱਧੂ ਸਾਡੇ ਵੱਲ ਆਵੇ ਤਾਂ ਸਹੀ, ਉਹ ਇੱਕ ਪੈਰ ਪੁੱਟੇ, ਅਸੀਂ ਦੋ ਪੈਰ ਪੱਟ ਕੇ ਉਹਨੂੰ ਹਿੱਕ ਦੇ ਨਾਲ ਲਾਵਾਂਗੇ, ਉਦੋਂ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਹੈ। ਇਹ ਵਕਤ ਦੱਸੂਗਾ ਵੀ ਸਿੱਟਾ ਕੀ ਨਿਕਲਦਾ, ਪਰ ਇਉਂ ਲੱਗਦਾ ਕਿ ਭਵਿੱਖ ਦੀ ਰਾਜਨੀਤੀ ਦੇ ਲਈ ਹੁਣੇ ਤੋਂ ਪੈਰ ਪੱਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਲੋੜ ਵੀ ਇਸ ਗੱਲ ਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਆਮ ਤੌਰ ਦੇ ਉੱਤੇ ਤੀਜਾ, ਚੌਥਾ, ਪੰਜਵਾਂ ਜਿਹੜਾ ਵੀ ਮੋਰਚਾ ਬਣਦਾ, ਇਹ ਭਾਵੇਂ ਲੋਕ ਸਭਾ ਦੀ ਚੋਣ ਹੋਵੇ ਭਾਵੇਂ ਹੋਵੇ ਵਿਧਾਨ ਸਭਾ ਦੀ, 4 ਕੁ ਮਹੀਨੇ ਪਹਿਲਾਂ 3 ਕੁ ਮਹੀਨੇ ਪਹਿਲਾਂ ਮੋਰਚਾ ਬਣਦਾ ਅਤੇ ਵੋਟਾਂ ਦੇ ਵਿੱਚ ਸਫਲਤਾ ਨਹੀਂ ਮਿਲਦੀ, ਫਿਰ ਨਾਲ ਦੀ ਨਾਲ ਹੀ ਖਿੰਡ ਜਾਂਦਾ ਨਤੀਜਿਆਂ ਤੋਂ ਬਾਅਦ। ਇਸ ਕਰਕੇ ਹਾਲੇ 2 ਸਾਲ ਪਏ ਆ ਵੋਟਾਂ ਦੇ ਵਿੱਚ, ਜੇਕਰ 2 ਸਾਲ ਲਗਾਤਾਰ ਵੱਖ ਵੱਖ ਪਾਰਟੀਆਂ ਦੇ ਆਗੂ ਬਿਨਾਂ ਕਿਸੇ ਅਹੁਦੇ ਦੇ ਲਾਲਚ ਤੋਂ, ਬਿਨਾਂ ਕਿਸੇ ਲੰਬੜਦਾਰੀ ਤੋਂ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ, ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ, ਤਾਂ 2022 ਦੇ ਵਿੱਚ ਮਨਚਾਹੀ ਸਫਲਤਾ ਸ਼ਾਇਦ ਹਾਸਲ ਕਰ ਲਈ ਜਾਵੇ। ਪਰ ਜੇਕਰ ਇਹ ਕਹਿਣਗੇ ਵੀ ਜਦੋਂ ਵੋਟਾਂ 'ਚ 6 ਕੁ ਮਹੀਨੇ ਰਹਿ ਗਏ ਉਦੋਂ ਅਸੀਂ ਇਕੱਠੇ ਹੋਵਾਂਗੇ ਅਤੇ ਹਮਲਾ ਮਾਰਾਂਗੇ, ਗੱਲ ਬਣ ਜੂ, ਇੱਦਾਂ ਬਣਨੀ ਨਹੀਂ। ਇਸ ਕਰਕੇ ਅੱਜ ਤੋਂ ਹੀ ਉਹ ਤਿਆਰੀਆਂ ਕਰਨੀਆਂ ਚਾਹੀਦੀਆਂ ਜੇਕਰ ਇਹਨਾਂ ਨੇ ਉੱਚੀ ਸੋਚੀ ਸੋਚ ਦੇ ਤਹਿਤ ਕੁਝ ਕਰਨਾ। ਪਰ ਜੇਕਰ ਸਿਰਫ ਅਹੁਦਿਆਂ ਦਾ ਲਾਲਚ ਹੈ ਵੀ ਚਲੋ ਜੀ ਮੈਂ ਇੱਦਾਂ ਮੁੱਖ ਮੰਤਰੀ ਬਣ ਜੂ ਅਤੇ ਮੈਂ ਫਲਾਣਾ ਅਹੁਦਾ ਲੈ ਲੂੰ ਅਤੇ ਮੈਂ ਫਲਾਣਾ ਅਹੁਦਾ ਲੈ ਲੂੰ, ਇਹ ਫਿਰ ਮਿੱਠੂ ਰਾਮ ਵਾਲੇ ਸੁਪਨੇ ਆ, ਇਹ ਛੇਤੀ ਸਾਕਾਰ ਹੁੰਦੇ ਦਿਖਾਈ ਨਹੀਂ ਦਿੱਤੇ ਅੱਜ ਤੱਕ। ਪੰਜਾਬ ਦੇ ਵਿੱਚ ਲਗਾਤਾਰ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਅਤੇ ਇਸੇ ਗੱਲ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ 7 ਜਨਵਰੀ ਵਾਸਤੇ ਕੀਤਾ ਗਿਆ ਸੀ। ਪਰ 7 ਜਨਵਰੀ ਨੂੰ ਇਹ ਘਿਰਾਓ ਨਹੀਂ ਕੀਤਾ ਗਿਆ ਚੰਡੀਗੜ੍ਹ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ, ਕਿਉਂਕਿ ਉਸ ਦਿਨ ਪੰਜਾਬ ਦੇ ਵਿੱਚ ਮੌਸਮ ਖਰਾਬ ਸੀ, ਮੀਂਹ ਪੈ ਰਿਹਾ ਸੀ ਅਤੇ ਉਹ ਜਿਹੜਾ ਘਿਰਾਓ ਸੀ ਉਹ 10 ਤਰੀਕ ਦੇ ਉੱਤੇ ਪਾ ਦਿੱਤਾ ਗਿਆ। ਹੁਣ ਜਦੋਂ 10 ਤਰੀਕ ਵੀ ਲੰਘ ਚੁੱਕੀ ਹੈ ਤਾਂ 10 ਤਰੀਕ ਦੇ ਦਿਨ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਅਤੇ ਬਾਕੀ ਸਾਰੇ ਵਿਧਾਇਕ ਅਤੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਬਾਕੀ ਕੋਰ ਕਮੇਟੀ ਦੇ ਮੈਂਬਰ ਅਤੇ ਜਿੰਨੇ ਵੀ ਹੋਰ ਛੋਟੇ ਵੱਡੇ ਨੇਤਾ ਜਾਂ ਸਮਰਥਕ ਹੈ, ਵੋਟਰ ਹੈ, ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਇਕੱਠ ਕਰਕੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਵਾਲੀ ਕੋਠੀ ਦੇ ਘਿਰਾਓ ਦੇ ਲਈ ਅੱਗੇ ਨੂੰ ਕੂਚ ਕੀਤਾ ਗਿਆ, ਅੱਗੇ ਵਧੇ। ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਲਾਏ, ਆਮ ਆਦਮੀ ਪਾਰਟੀ ਦੇ ਆਗੂਆਂ ਨੇ, ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਉੱਥੇ ਪਾਣੀ ਦੀਆਂ ਬੁਛਾੜਾਂ ਪਈਆਂ, ਉਸ ਤੋਂ ਬਾਅਦ ਕਈਆਂ ਦੀਆਂ ਪੱਗਾਂ ਲੱਥੀਆਂ, ਕਈ ਜ਼ਖਮੀ ਹੋਏ, ਜ਼ਖਮੀਆਂ ਦੇ ਵਿੱਚੋਂ ਕਈ PGI ਦੇ ਵਿੱਚ ਦਾਖਲ ਵੀ ਹੈ। ਭਗਵੰਤ ਮਾਨ ਅਤੇ ਕਈ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਬਾਅਦ ਦੇ ਵਿੱਚ ਛੱਡਿਆ ਵੀ ਗਿਆ ਅਤੇ ਉੱਥੇ ਮਾਹੌਲ ਅੱਜ ਬੜਾ ਤਣਾਅਪੂਰਨ ਅਤੇ ਬਹੁਤ ਜ਼ਿਆਦਾ ਤਲਖ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਮਹਿੰਗੀ ਬਿਜਲੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਨੇ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ, ਸੀਨੀਅਰ ਆਗੂਆਂ ਅਤੇ ਪਾਰਟੀ ਵਲੰਟੀਅਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਤਾਇਨਾਤ ਪੁਲਿਸ ਨੇ MLA ਹੋਸਟਲ ਦੇ ਗੇਟ ਦੇ ਉੱਤੇ ਬੈਰੀਕੇਡ ਲਾ ਕੇ ਮੁਜ਼ਾਹਰਾਕਾਰੀਆਂ ਨੂੰ ਰੋਕ ਲਿਆ। ਇਸ ਉਪਰੰਤ ਚੰਡੀਗੜ੍ਹ ਪੁਲਿਸ ਨੇ ਆਪ ਦੇ 250 ਦੇ ਕਰੀਬ ਵਲੰਟੀਅਰਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚ ਭਗਵੰਤ ਮਾਨ, ਪ੍ਰੋਫੈਸਰ ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰੀ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਜੈਤੋ, ਬੀਬੀ ਸਰਬਜੀਤ ਕੌਰ ਮਾਣੂਕੇ, ਅਮਨ ਅਰੋੜਾ, ਮੀਤ ਹੇਅਰ ਅਤੇ ਕਈ ਹੋਰ ਨੇਤਾ ਇਹਦੇ ਵਿੱਚ ਸ਼ਾਮਲ ਸਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਵਲੰਟੀਅਰਾਂ ਦੇ ਵੱਲੋਂ ਬੈਰੀਕੇਡਾਂ ਨੂੰ ਲੰਘ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਜਲ ਤੋਪਾਂ ਦੇ ਨਾਲ ਠੰਡੇ ਪਾਣੀ ਦੀਆਂ ਤਾਬੜਤੋੜ ਬੁਛਾੜਾਂ ਸ਼ੁਰੂ ਕਰ ਦਿੱਤੀਆਂ। ਇਹਨਾਂ ਤੇਜ਼ ਬੁਛਾੜਾਂ ਦੇ ਕਰਕੇ 2 ਦਰਜਨ ਤੋਂ ਵੱਧ ਆਗੂ ਅਤੇ ਵਲੰਟੀਅਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਵਿਧਾਇਕ ਅਮਨ ਅਰੋੜਾ, ਪਾਰਟੀ ਆਗੂ ਜਸਵੀਰ ਸਿੰਘ ਕੁਦਨੀ, ਸੰਤੋਖ ਸਿੰਘ ਸਲਾਣਾ, ਸਤਵੀਰ ਸਿੰਘ ਸ਼ੀਰਾ, ਬਨਭੌਰਾ ਪ੍ਰਮੁੱਖ ਨੇ ਅਤੇ ਕਈਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ PGI ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਉਹ ਗਲਤ ਨਹੀਂ ਆ, ਉਹ ਬਿਲਕੁਲ ਵਾਜਬ ਹੈ। ਅਸੀਂ ਕਿਸੇ ਵੀ ਪਾਰਟੀ ਦੇ ਹੱਕ ਦੇ ਵਿੱਚ ਨਹੀਂ, ਅਸੀਂ ਕਿਸੇ ਵੀ ਪਾਰਟੀ ਦੇ ਖਿਲਾਫ਼ ਨਹੀਂ, ਪਰ ਜੋ ਕੁਝ ਆਪਣੀਆਂ ਅੱਖਾਂ ਦੇ ਨਾਲ ਦਿਸ ਰਿਹਾ ਅਤੇ ਜੋ ਕੁਝ ਸਾਨੂੰ ਆਪਣੇ ਤਨ ਦੇ ਉੱਤੇ ਆਪਣੀ ਆਰਥਿਕਤਾ ਦੇ ਨਾਲ ਜੁੜੇ ਮਸਲੇ ਦੇ ਕਰਕੇ ਹੰਡਾਉਣਾ ਪੈ ਰਿਹਾ, ਅਤੇ ਉਸ ਗੱਲ ਦਾ ਜ਼ਿਕਰ ਵੀ ਜ਼ਰੂਰ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਲਗਾਤਾਰ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ। ਇਸ ਵਕਤ ਪੰਜਾਬ ਦੇ ਵਿੱਚ ਬੇਹੱਦ ਮਹਿੰਗੀ ਬਿਜਲੀ ਹੋ ਗਈ ਹੈ। ਆ ਪਿਛਲੇ ਦਿਨੀ ਯਾਨੀ ਕਿ 1 ਜਨਵਰੀ ਤੋਂ 36-37 ਪੈਸੇ ਪ੍ਰਤੀ ਯੂਨਿਟ ਹੋਰ ਵਾਧਾ ਕਰ ਦਿੱਤਾ ਗਿਆ ਅਤੇ ਹਾਲੇ ਕਹਿੰਦੇ ਆ ਕਿ ਅਸੀਂ ਅਪ੍ਰੈਲ ਦੇ ਵਿੱਚ ਫਿਰ ਬਿਜਲੀ ਮਹਿੰਗੀ ਕਰਨੀ ਹੈ। ਸੋ ਜਦੋਂ ਕੈਪਟਨ ਸਰਕਾਰ ਨੂੰ ਪੁੱਛੀਦਾ ਉਹ ਕਹਿੰਦੇ ਜੀ ਪਿਛਲੀ ਸਰਕਾਰ ਅਕਾਲੀ ਦਲ ਦੀ, ਉਹਦੇ ਵੱਲੋਂ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਹੈ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਮਹਿੰਗੇ ਕਰਾਰ ਕੀਤੇ ਗਏ ਆ, ਅਸੀਂ ਉਹਨਾਂ ਨੂੰ ਤੋੜ ਨਹੀਂ ਸਕਦੇ। ਪਰ ਪਤਾ ਇਹ ਵੀ ਲੱਗਾ ਵੀ ਲੰਘੇ ਕੱਲ੍ਹ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਇਹਦੇ ਵਿੱਚ ਕਈ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਤੱਤੇ ਮਿਜਾਜ਼ ਦੇ ਵਿੱਚ ਸਵਾਲ ਖੜੇ ਕੀਤੇ ਆ ਕਿ ਆਪਾਂ ਇਹਨਾਂ ਜੋ ਕਰਾਰ ਕੀਤੇ ਗਏ ਆ ਇਹਨਾਂ ਦਾ ਰਿਵਿਊ ਕਰੀਏ ਜਾਂ ਰੱਦ ਕਰੀਏ।
ਨਹੀਂ ਤਾਂ ਪੰਜਾਬ ਦੇ ਲੋਕ ਆਪਣੇ ਬਹੁਤ ਖਿਲਾਫ ਹੋਏ ਪਏ ਆ, ਆਪਾਂ ਨੂੰ 2022 ਦੇ ਵਿੱਚ ਕੱਖ ਨਹੀਂ ਮਿਲਣਾ। ਅਤੇ ਜਦੋਂ ਬਾਕੀ ਮੰਤਰੀ ਸੋਚ ਰਹੇ ਤਾਂ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਸੋਚ ਰਹੇ? ਹੁਣ ਸਵਾਲ ਇਸ ਗੱਲ ਦਾ, ਅਤੇ ਇਹ ਸਵਾਲ ਬੜਾ ਸ਼ੱਕੀ ਬਣਿਆ ਹੋਇਆ। ਇਸ ਸ਼ੱਕ ਦੇ ਵਿੱਚੋਂ ਕਈ ਤਰ੍ਹਾਂ ਦੇ ਨਵੇਂ ਸਵਾਲ ਪੈਦਾ ਹੋ ਰਹੇ ਆ, ਪਰ ਕੈਪਟਨ ਅਮਰਿੰਦਰ ਸਿੰਘ ਇਹਨਾਂ ਸਵਾਲਾਂ ਦੀ ਅਤੇ ਇਹਨਾਂ ਸ਼ੱਕਾਂ ਦੀ ਪਰਵਾਹ ਨਹੀਂ ਕਰਦੇ। ਪਰ ਇਸ ਵਕਤ ਪੰਜਾਬ ਦੇ ਲੋਕਾਂ ਨੂੰ ਸੱਚੀ ਮੁੱਚੀ ਲਾਮਬੰਦ ਹੋਣ ਦੀ ਲੋੜ ਹੈ। ਉਂਗਲਾਂ ਦੇ ਪੋਟਿਆਂ ਦੇ ਉੱਤੇ ਵੱਖ ਵੱਖ ਚੀਜ਼ਾਂ ਦੀ ਕੀਮਤ ਆ ਜਿਹੜੀ ਉਹ ਗਿਣ ਕੇ ਦੇਖ ਲਵੋ। ਪੰਜਾਬ ਦੇ ਵਿੱਚ ਪਿਆਜ਼ ਆ ਜਿਹੜੇ ਉਹਨਾਂ ਦਾ ਪਾ ਥੱਲੇ ਨਹੀਂ ਆ ਰਿਹਾ, ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਬੇਸ਼ੱਕ ਪੂਰੇ ਭਾਰਤ ਦੇ ਵਿੱਚ ਆ, ਪਰ ਪੰਜਾਬ ਦੀ ਸਰਕਾਰ ਵੈਟ ਵੀ ਘਟਾ ਕੇ ਰਾਜ਼ੀ ਨਹੀਂ। ਜੇ ਅਸੀਂ ਬਿਜਲੀ ਦੀ ਗੱਲ ਕਰਦੇ ਹਾਂ, ਲਗਾਤਾਰ ਕੀਮਤਾਂ ਵੱਧ ਰਹੀਆਂ, ਸਾਲ 'ਚ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰ ਵੱਧ ਜਾਂਦੀਆਂ। ਜੇ ਅਸੀਂ ਗੱਲ ਕਰਦੇ ਹਾਂ ਜੀ ਕਿ ਬੱਸਾਂ ਦੇ ਭਾੜੇ ਦੀ, ਉਹ ਲਗਾਤਾਰ ਵੱਧ ਰਹੇ ਆ, ਆ ਫਿਰ ਨਵੇਂ ਸਾਲ ਦੇ ਵਿੱਚ ਵਧਾ ਦਿੱਤੇ ਗਏ ਆ। ਜਦੋਂ ਪੰਜਾਬ ਦੇ ਲੋਕਾਂ ਦੀ ਪਹਿਲਾਂ ਹੀ ਗੁਰਬਤ ਦੇ ਕਰਕੇ, ਮੰਦੜੀ ਆਰਥਿਕਤਾ ਦੇ ਕਰਕੇ ਬੁਰੀ ਹਾਲਤ ਹੈ, ਅਸੀਂ ਲੋਕਾਂ ਨੂੰ ਕੋਈ ਹੋਰ ਸਹੂਲਤ ਦੇਣ ਦੀ ਥਾਂ ਦੇ ਉੱਤੇ ਬੋਝ ਪਾ ਰਹੇ ਹਾਂ, ਤਾਂ ਫਿਰ ਲੋਕਾਂ ਨੂੰ ਬਾਹਰ ਨਿਕਲ ਕੇ ਆਉਣਾ ਚਾਹੀਦਾ ਘਰਾਂ ਦੇ ਵਿੱਚੋਂ। ਲੋਕਾਂ ਨੂੰ ਪਾਰਟੀਬਾਜ਼ੀ ਦੀ ਗੱਲ ਨਹੀਂ, ਅਸਲ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੀ ਬਾਤ ਪਾਉਣੀ ਚਾਹੀਦੀ ਹੈ। ਅਤੇ ਦੁੱਖ ਹੁੰਦਾ ਕਿ ਲੋਕ ਜਾਗਦੇ ਘੱਟ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ, ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।